ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ। ਲਓ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ, ਜਿਹਦੇ ਲਈ ਆਪਾਂ ਨੇ ਅੰਬ ਲੈ ਲਏ 5 ਕੰਬ ਨੇ ਇਹ। ਇੱਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲ ਲਈ, ਇੱਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲ ਲਈ। ਇਹਦੇ ਉੱਪਰ ਆਪਾਂ ਇੱਦਾਂ ਝਾਰਨੀ ਧਰ ਲੈਂਦੇ ਹਾਂ ਅਤੇ ਅੰਬਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂ, ਕਿਉਂਕਿ ਆਪਾਂ ਦੂਜੀ ਤਾਂ ਝਾਰਨੀ ਧਰ ਕੇ ਵੀ ਭੁੰਨ ਸਕਦੇ ਹਾਂ ਜੀ, ਉਹ ਆਪਣੇ ਲਵੇ ਹੈ ਨਹੀਂ, ਇਸ ਲਈ ਆਪਾਂ ਇਸੇ ਝਾਰਨੀ 'ਤੇ ਭੁੰਨ ਲੈਂਦੇ ਹਾਂ। ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਪਾਸਾ ਪਲਟ ਪਲਟ ਕੇ ਭੁੰਨ ਲਵਾਂਗੇ। ਇੱਦਾਂ ਇਹਨਾਂ ਦਾ ਪਾਸਾ ਪਲਟਾ ਪਲਟਾ ਕੇ ਆ ਦੂਜੇ ਅੰਬ ਵੀ ਆਪਾਂ ਵਿੱਚੇ ਧਰ ਲੈਂਦੇ ਹਾਂ ਜੀ। ਇਹਨਾਂ ਨੂੰ ਚੰਗੀ ਤਰ੍ਹਾਂ ਬਣਾਵਾਂਗੇ ਆਪਾਂ ਤਾਂ ਜੋ ਅੰਦਰ ਤੱਕ ਪੱਕ ਸਕਣ। ਇਹਨਾਂ ਨੂੰ ਆਪਾਂ ਇੱਕ ਸਾਈਡ 'ਤੇ ਕਰ ਦਿੰਦੇ ਹਾਂ, ਜਿਹੜੇ ਆ ਕੱਚੇ ਨੇ ਇਹਨਾਂ ਨੂੰ ਆਪਾਂ ਇੱਧਰਲੀ ਸਾਈਡ 'ਤੇ ਕਰ ਲੈਂਦੇ ਹਾਂ ਜਿੱਥੇ ਅੱਗ ਆ। ਲਓ ਜੀ ਦੇਖੋ ਇੱਦਾਂ ਹੋ ਗਏ ਅੰਬ ਆਪਣੇ। ਹੋਰ ਭੁੰਨ ਲੈਣੇ ਇਹਨਾਂ ਨੂੰ ਆਪਾਂ 2-4 ਮਿੰਟ ਤਾਂ ਜੋ ਇਹਨਾਂ ਦਾ ਛਿਲਕਾ ਚੰਗੀ ਤਰ੍ਹਾਂ ਲੈ ਜਾਵੇ। ਲਓ ਜੀ ਦੇਖੋ ਅੰਬ ਆਪਣੇ ਚੰਗੀ ਤਰ੍ਹਾਂ ਭੁੰਨਣ ਲੱਗ ਗਏ। ਉਨੀ ਦੇਰ ਤੱਕ ਭੁੰਨਾਂਗੇ ਆਪਾਂ ਤਾਂ ਜੋ ਇਹਨਾਂ ਦਾ ਛਿਲਕਾ ਚੰਗੀ ਤਰ੍ਹਾਂ ਲੈ ਜਾਵੇ। ਜੇ ਕੱਚੇ ਰਹਿ ਗਏ ਜੀ ਫਿਰ ਇਹਨਾਂ ਦਾ ਛਿਲਕਾ ਨਹੀਂ ਆਪਾਂ ਤੋਂ ਛਿੱਲਿਆ ਜਾਣਾ, ਥੋੜ੍ਹਾ ਜਿਹਾ ਆਪਾਂ ਹੋਰ ਭੁੰਨ ਲੈਂਦੇ ਹਾਂ ਇਹਨਾਂ, ਕਿਉਂਕਿ ਜਾਲੀ ਆਪਣੇ ਕੋਲ ਨਹੀਂ ਹੈਗੀ ਇਸ ਲਈ ਆਪਾਂ ਨੇ ਝਾਰਨੀ 'ਤੇ ਭੁੰਨ ਲਏ। ਕਿਉਂਕਿ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਜੀ ਭੁੰਨਣ ਨੂੰ। ਹਜੇ ਚੰਗੀ ਤਰ੍ਹਾਂ ਨਹੀਂ ਹੋਏ ਕਿ ਹਜੇ ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਕਲਰ ਚੇਂਜ ਹੋਇਆ। ਲਓ ਜੀ ਅੰਬ ਆਪਣੇ ਦੇਖੋ ਚੰਗੀ ਤਰ੍ਹਾਂ ਭੁੰਨੇ ਗਏ। ਹੁਣ ਇਹਨਾਂ ਨੂੰ ਆਪਾਂ ਲਓ ਜੀ ਆਪਾਂ ਨੇ ਮਿਰਚ ਲੈ ਲਈ, ਹਲਦੀ ਲੈ ਲਈ, ਨਮਕ ਲੈ ਲਿਆ, ਕਲੌਂਜੀ ਲੈ ਲਈ, ਇੱਧਰ ਆਪਾਂ ਨੇ ਲੈ ਲਿਆ ਜੀਰਾ, ਕਾਲੀ ਮਿਰਚ, ਮੇਥੇ, ਆਹ ਸ਼ੱਕਰ ਲੈ ਲਈ, ਇੱਧਰ ਆਪਾਂ ਨੇ ਲੈ ਲਿਆ ਕਾਜੂ, ਬਦਾਮ ਅਤੇ ਪਿਸਤਾ। ਹੁਣ ਆਹ ਜਿਹੜੇ ਕਾਜੂ ਬਦਾਮ ਨੇ ਇਹਨਾਂ ਨੂੰ ਆਪਾਂ ਕੁੱਟ ਲੈਂਦੇ ਹਾਂ, ਦੜਦੜਾ ਜਿਹਾ ਕਰ ਲੈਂਦੇ ਹਾਂ। ਲਓ ਜੀ ਇਹਨੂੰ ਆਪਾਂ ਹੁਣ ਆਹ ਕੁੰਡੀ ਦੇ ਵਿੱਚ ਪਾ ਕੇ ਕਾਜੂ ਅਤੇ ਬਦਾਮਾਂ ਨੂੰ ਦੜਦੜਾ ਜਿਹਾ ਕਰ ਲੈਂਦੇ ਹਾਂ, ਬਹੁਤੇ ਬਰੀਕ ਵੀ ਨਹੀਂ ਕਰਨੇ ਅਤੇ ਬਹੁਤੇ ਮੋਟੇ ਵੀ ਨਹੀਂ ਰੱਖਣੇ। ਲਓ ਜੀ ਆਪਾਂ ਨੇ ਇੰਨੇ ਕੁ ਬਰੀਕ ਕਰ ਲਏ।
ਕਿਉਂਕਿ ਬਹੁਤੇ ਬਰੀਕ ਵੀ ਨਹੀਂ ਕਰਨੇ, ਬਹੁਤੇ ਮੋਟੇ ਵੀ ਨਹੀਂ ਰੱਖਣੇ, ਇੱਦਾਂ ਦੜਦੜੇ ਜੇ ਕਰ ਲਏ। ਅੰਬ ਆਪਣੇ ਠੰਡੇ ਹੋ ਗਏ, ਇਹਨਾਂ ਨੂੰ ਹੁਣ ਆਪਾਂ ਛਿੱਲ ਲੈਂਦੇ ਹਾਂ। ਇਹਨਾਂ ਦੇ ਉੱਪਰੋਂ ਛਿਲਕੇ ਉਤਾਰ ਲੈਂਦੇ ਹਾਂ। ਇੱਦਾਂ ਆਪਾਂ ਸਾਰੇ ਅੰਬਾਂ ਨੂੰ ਛਿੱਲ ਲੈਂਦੇ ਹਾਂ। ਲਓ ਜੀ ਹੁਣ ਆਪਾਂ ਇਹਦੀ ਇੱਦਾਂ ਗੁੱਦ ਸਾਰੀ ਚਾਕੂ ਨਾਲ ਲਾ ਲੈਂਦੇ ਹਾਂ। ਲਓ ਜੀ ਅੰਬ ਆਪਾਂ ਨੇ ਸਾਰਾ ਲਾ ਲਿਆ, ਅੱਗ ਬਾਲ ਲੈਂਦੇ ਹਾਂ। ਧਰ ਲੈਂਦੇ ਹਾਂ ਪਾਈਨ, ਪਾਈਨ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ। ਲਓ ਜੀ ਪਾਈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ, ਦੇਖੋ। ਕਿਉਂਕਿ ਜੇ ਪਾਣੀ ਵਿੱਚ ਰਹਿ ਗਿਆ ਫਿਰ ਆਪਣੀ ਚਟਨੀ ਨੇ ਖਰਾਬ ਹੋ ਜਾਣਾ, ਆਪਾਂ ਪਾਣੀ ਨਹੀਂ ਲਾਉਣਾ ਵਿੱਚ। ਲਓ ਜੀ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ, ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਹਾਂ ਸਰਸੋਂ ਦਾ ਤੇਲ। ਲਓ ਜੀ ਤੇਲ ਆਪਣਾ ਗਰਮ ਹੋ ਗਿਆ, ਕਿਉਂਕਿ ਤੇਲ ਆਪਣਾ ਕੜਿਆ ਹੋਇਆ ਅਤੇ ਹੁਣ ਕਾਲੀ ਮਿਰਚ, ਮੇਥੇ ਅਤੇ ਜੀਰਾ ਆਪਾਂ ਵਿੱਚ ਐਡ ਕਰ ਦਿੰਦੇ ਹਾਂ। ਆਪਾਂ ਇਹਨਾਂ ਨੂੰ ਭੁੰਨ ਲੈਂਦੇ ਹਾਂ ਥੋੜ੍ਹਾ ਜਿਹਾ। ਲਓ ਜੀ ਮੇਥੇ ਅਤੇ ਕਾਲੀ ਮਿਰਚ ਜੀਰਾ ਆਪਣੇ ਚੰਗੀ ਤਰ੍ਹਾਂ ਭੁੰਨੇ ਗਏ, ਹੁਣ ਆਪਾਂ ਜਿਹੜੀ ਆਹ ਅੰਬੀਆਂ ਉਹ ਕਰੀਆਂ ਵੀ ਇਹਨਾਂ ਨੂੰ ਵਿੱਚ ਪਾ ਦਿੰਦੇ ਹਾਂ, ਭੁੰਨੀਆਂ ਦੀ ਅੰਬੀਆਂ। ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇਲ ਦੇ ਵਿੱਚ। ਲਓ ਜੀ ਅੱਗ ਆਪਣੀ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ, ਆਪਾਂ ਘਟਾ ਲਈ, ਕਿਉਂਕਿ ਬਹੁਤੀ ਅੱਗ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਇਹ ਆਪਣੀ ਪਹਿਲਾਂ ਵੀ ਆਪਣੀਆਂ ਉਹ ਕਰ ਲਈਆਂ ਅਤੇ ਆਪਾਂ ਨੇ ਭੁੰਨ ਲਈਆਂ ਤੇ ਹੁੰਦੀਆਂ। ਆਪਾਂ ਕਰ ਦਿੰਦੇ ਹਾਂ ਲੂਣ ਮਿਰਚ ਐਡ, ਕਲੌਂਜੀ, ਲੂਣ ਮਿਰਚ ਅਤੇ ਹਲਦੀ ਤਿੰਨੇ ਚੀਜ਼ਾਂ ਐਡ ਕਰ ਦਿੰਦੇ ਹਾਂ। ਸੁੱਕੇ ਮਸਾਲੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਚਟਨੀ ਦੇ ਵਿੱਚ। ਬਹੁਤ ਟੇਸਟੀ ਚਟਨੀ ਬਣਦੀ ਹੈ ਜੀ, ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ। ਹੁਣ ਇਹਦੇ ਵਿੱਚ ਆਪਾਂ ਕਾਜੂ, ਬਦਾਮ ਅਤੇ ਪਿਸਤਾ ਇਹ ਤਿੰਨੇ ਡਰਾਈ ਫਰੂਟ ਪਾ ਦਿੰਦੇ ਹਾਂ। ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਬਹੁਤ ਟੇਸਟੀ ਚਟਨੀ ਬਣਦੀ ਹੈ ਜੀ।
ਆਪਾਂ ਤਾਂ ਥੋੜ੍ਹੀ ਬਣਾਈ ਆ, ਕਿਉਂਕਿ ਇਹਨੂੰ ਆਪਾਂ ਸਾਲ ਵਾਸਤੇ ਵੀ ਰੱਖ ਸਕਦੇ ਹਾਂ, ਖਰਾਬ ਨਹੀਂ ਹੁੰਦੀ। ਆਪਾਂ ਕਿਹੜਾ ਇਹਦੇ ਵਿੱਚ ਪਾਣੀ ਲਾਇਆ, ਇੱਕ ਸਾਲ ਵਾਸਤੇ ਸਟੋਰ ਕਰਕੇ ਰੱਖ ਸਕਦੇ ਹਾਂ, ਫਿਰ ਬਣਾਵਾਂਗੇ ਜ਼ਿਆਦੇ। ਹੁਣ ਆਪਾਂ ਨੇ ਥੋੜ੍ਹੀ ਜਿਹੀ ਬਣਾ ਲਈ, ਹੁਣ ਜਿਹੜੀ ਆਪਾਂ ਨੇ ਆਹ ਸ਼ੱਕਰ ਲੈਤੀ ਸੀ, ਇਹ ਸ਼ੱਕਰ ਨੂੰ ਐਡ ਕਰ ਦਿੰਦੇ ਹਾਂ ਵਿੱਚ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਉੱਨੀ ਦੇਰ ਤੱਕ ਆਪਾਂ ਪਕਾਉਂਦੇ ਰਹਾਂਗੇ ਜਿੰਨੀ ਦੇਰ ਤੱਕ ਆਪਣੀ ਸ਼ੱਕਰ ਚੰਗੀ ਤਰ੍ਹਾਂ ਢਾਲ ਨਹੀਂ ਜਾਂਦੀ। ਲਓ ਜੀ, ਸ਼ੱਕਰ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਗਈ। ਦੇਖੋ ਆਪਣੀ ਚਟਨੀ ਇਕੱਠੀ ਹੋਣ ਲੱਗ ਗਈ। ਉੱਨੀ ਦੇਰ ਤੱਕ ਚਟਨੀ ਨਹੀਂ ਬਣਦੀ ਜਿੰਨੀ ਦੇਰ ਤੱਕ ਕੜਾਹੀ ਨਹੀਂ ਛੱਡਦੀ। ਦੇਖੋ ਕੜਾਹੀ ਛੱਡਤੀ, ਹੁਣ ਆਪਣੀ ਚਟਨੀ ਪੱਕ ਗਈ। ਪਰੌਂਠੇ ਨਾਲ ਖਾਓ, ਰੋਟੀ ਨਾਲ ਖਾਓ, ਸਬਜ਼ੀ ਨਾਲ ਖਾਓ, ਜਿਵੇਂ ਮਰਜ਼ੀ ਖਾਓ, ਬਹੁਤ ਟੇਸਟੀ ਬਣਦੀ ਹੈ। ਇਹਦੇ ਨਾਲ ਸਬਜ਼ੀ ਦੀ ਵੀ ਲੋੜ ਨਹੀਂ ਪੈਂਦੀ ਜੀ। ਦੇਖੋ ਇਕੱਠੀ ਹੋ ਗਈ ਹੈ, ਹੁਣ ਇਹਨੇ ਕੜਾਹੀ ਸਾਰੀ ਛੱਡ ਦਿੱਤੀ ਹੈ। ਦੇਖੋ ਤੇਲ ਨੇ, ਹੁਣ ਬਣ ਗਈ ਇਹ ਆਪਣੀ ਚਟਨੀ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਇੱਕ ਸਾਲ ਵਾਸਤੇ ਇਹਨੂੰ ਆਪਾਂ ਸਟੋਰ ਕਰ ਸਕਦੇ ਹਾਂ ਜੀ। ਸਾਲ ਰੱਖ ਲਓ, ਡੇਢ ਸਾਲ ਰੱਖ ਲਓ, ਅੰਬ ਦੇ ਚਾਰ ਵਾਂਗੂ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।